ਇਸ ਟੈਂਕਰ ਵਿੱਚੋਂ ਦੀ ਕੱਢ ਕੇ ਖੂਹ ਅੰਦਰ ਚਿੱਟਾ ਤਰਲ ਪਦਾਰਥ ਸੁੱਟਣ ਦੀਆਂ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਹ ਗੁਰਦਾਸਪੁਰ ਦੇ ਵੇਰਕਾ ਮਿਲਕ ਪਲਾਂਟ ਦੀਆਂ ਨੇ ਤੇ ਇਹ ਚਿੱਟਾ ਤਰਲ ਪਦਾਰਥ ਦਰਅਸਲ ਉਹ ਦੁੱਧ ਹੈ ਜਿਹੜਾ ਇਸ ਅਤੇ ਇਹੋ ਜਿਹੇ ਇੱਕ ਹੋਰ ਟੈਂਕਰ 'ਚ ਭਰ ਕੇ ਮੋਹਾਲੀ ਦੇ ਵੇਰਕਾ ਮਿਲਕ ਪਲਾਂਟ ਤੋਂ ਇੱਥੇ ਸਪਲਾਈ ਕੀਤਾ ਗਿਆ ਸੀ। ਦੱਸ ਦਈਏ ਕਿ ਮੋਹਾਲੀ ਵੇਰਕਾ ਮਿਲਕ ਪਲਾਂਟ ਤੋਂ ਚੱਲਣ ਤੋਂ ਪਹਿਲਾਂ ਇਹਨਾਂ ਟੈਂਕਰਾਂ 'ਚ ਭਰਿਆ ਦੁੱਧ ਉੱਥੋਂ ਦੇ ਅਧਿਕਾਰੀਆਂ ਨੇ ਟੈਸਟ ਵੀ ਕੀਤਾ ਸੀ ਤੇ ਉਹ ਉਸ ਵੇਲੇ ਠੀਕ ਵੀ ਪਾਇਆ ਗਿਆ ਸੀ, ਪਰ ਜਿਉਂ ਹੀ ਇੱਥੇ ਦੁੱਧ ਨਾਲ ਭਰੇ ਇਹ ਦੋਵੇਂ ਟੈਂਕਰ ਗੁਰਦਾਸਪੁਰ ਦੇ ਇਸ ਵੇਰਕਾ ਮਿਲਕ ਪਲਾਂਟ ਦੇ ਗੇਟ 'ਤੇ ਪਹੁੰਚੇ ਤਾਂ ਤੁਰੰਤ ਪੰਗਾ ਪੈ ਗਿਆ। ਕਿਵੇਂ ਆ ਸੁਣਿਓ ਜਰਾ। ਇਹ ਨਾ ਦੁੱਧ ਵੇਰਕਾ ਮਿਲਕ ਪਲਾਂਟ ਦਾ ਮੋਹਾਲੀ ਤੋਂ ਉੱਥੋਂ ਦੋ ਟੈਂਕਰ ਸੀਗੇ ਉਹ ਆਏ ਸੀਗੇ ਗੁਰਦਾਸਪੁਰ ਮਿਲਕ ਪਲਾਂਟ, ਅਤੇ ਜਦੋਂ ਇੱਥੇ ਟੈਸਟ ਕੀਤਾ ਗਿਆ ਤਾਂ ਮੋਹਾਲੀ ਤੋਂ ਉਹਨਾਂ ਭੇਜੇ ਆ ਪੂਰੀ ਟੈਸਟ ਕਰਕੇ ਸਾਰਾ ਓਕੇ ਕਰਕੇ ਇੱਥੇ ਆ ਕੇ ਇਹਨਾਂ ਟੈਸਟਿੰਗ ਕੀਤੀ ਅਤੇ ਉਹਦੇ 'ਚ ਕਾਫੀ ਜ਼ਿਆਦਾ ਮਿਲਾਵਟ ਸੀ ਅਤੇ ਇਸ ਕਰਕੇ ਉਹ ਜਿਹੜਾ ਅਸੀਂ ਫਿਰ ਐਫ ਆਈ ਆਰ ਲੌਂਚ ਕੀਤੀ ਹੈ। ਦੋ ਟੈਂਕਰ ਨੇ ਕਰੀਬ 30-35 ਹਜ਼ਾਰ ਲੀਟਰ ਦੁੱਧ ਸੀਗਾ ਉਹਨਾਂ ਦੇ ਵਿੱਚ। ਇਹ ਉਹੀ ਤੁਹਾਨੂੰ ਦੱਸਿਆ ਨਾ ਕਿ ਟੈਸਟਿੰਗ ਹੁੰਦੀ ਹੈ ਜਦੋਂ ਇਹਨਾਂ ਐਂਟਰ ਕੀਤਾ ਇੱਥੇ, ਸਭ ਤੋਂ ਪਹਿਲਾਂ ਟੈਸਟਿੰਗ ਜਦੋਂ ਕੀਤੀ ਹੈ ਅਤੇ ਟੈਸਟਿੰਗ ਪਹਿਲੀ ਟੈਸਟਿੰਗ ਦਾ ਇਹਨਾਂ ਨੂੰ ਪਤਾ ਲੱਗ ਗਿਆ ਇੱਥੇ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਮੋਹਾਲੀ ਵੇਰਕਾ ਮਿਲਕ ਪਲਾਂਟ ਤੋਂ ਇਹਨਾਂ ਦੋਵਾਂ ਟੈਂਕਰਾਂ 'ਚ ਕੁੱਲ 30-32 ਹਜ਼ਾਰ ਲੀਟਰ ਦੁੱਧ ਭਰ ਕੇ ਭੇਜਿਆ ਗਿਆ ਸੀ, ਜਿਸ ਤੋਂ ਇਸ ਮਿਲਾਵਟਖੋਰੀ ਦਾ ਪਰਦਾਫਾਸ਼ ਹੋਣ ਤੋਂ ਬਾਅਦ ਇੰਜ ਕੂਚ ਪਾਣੀ ਵਾਂਗ ਇਸ ਲਈ ਰੋੜਿਆ ਜਾ ਰਿਹਾ ਕਿਉਂਕਿ ਟੈਸਟਿੰਗ ਦੌਰਾਨ ਟੈਂਕਰਾਂ ਅੰਦਰ ਦੁੱਧ 'ਚ ਕੋਈ ਜ਼ਹਿਰੀਲਾ ਪਦਾਰਥ ਮਿਲਾਏ ਹੋਣ ਦਾ ਦਾਅਵਾ ਕੀਤਾ ਗਿਆ ਸੀ। ਚੰਡੀਗੜ੍ਹੋਂ ਇਹਨਾਂ ਦੇ ਐਕਸਪਰਟ ਵਗੈਰਾ ਵੀ ਆਏ, ਉਹਨਾਂ ਵੀ ਪੂਰਾ ਅੱਗੇ ਚੈੱਕ ਕੀਤਾ, ਉਹਦੇ ਜਿਹੜਾ ਵਾ ਕਾਫੀ ਮਤਲਬ ਜਿਹੜਾ ਇਹਨਾਂ ਦੇ ਜਿਹੜਾ ਕੋਈ ਜ਼ਹਿਰੀਲਾ ਪਦਾਰਥ ਕੋਈ ਮਿਕਸ ਕੀਤਾ ਸੀਗਾ। ਉਹ ਜਦੋਂ ਇਹਨਾਂ ਨੂੰ ਡਰਾਈਵਰਾਂ ਨੂੰ ਪਤਾ ਲੱਗਾ ਕਿ ਟੈਸਟਿੰਗ 'ਚ ਇਹਨਾਂ ਦਾ ਗੜਬੜੀ ਹੋਈ ਆ ਅਤੇ ਉਹ ਡਰਾਈਵਰ ਤੋਂ ਮੌਕੇ ਤੋਂ ਫਰਾਰ ਹੋ ਗਏ, ਦੋਨੇ ਜਿਹੜੇ ਟੈਂਕਰ ਆ ਉਹ ਕਬਜ਼ੇ 'ਚ ਲੈ ਲਏ ਆ ਅਤੇ ਐਫ ਆਈ ਆਰ ਲੌਂਚ ਕਰਤੀ। ਇਹ ਐਕਚੁਅਲੀ ਸੀਗਾ ਸਕਿਮਡ ਮਿਲਕ ਹੁੰਦਾ ਵਾ, ਉਹ ਕੱਢ ਕੇ ਅਤੇ ਉਹਦੇ ਵਿੱਚ ਕੋਈ ਹੋਰ ਚੀਜ਼ ਪਾਈ ਵੇਟ ਉਹਨਾਂ ਹੀ ਰੱਖਣ ਦੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵੇਰਕਾ ਦੁੱਧ ਦਾ ਬਾਜ਼ਾਰ ਅੰਦਰ ਇਸ ਲਈ ਨਾਮ ਹੈ ਕਿਉਂਕਿ ਲੋਕ ਇਸ 'ਤੇ ਇਸ ਲਈ ਵਿਸ਼ਵਾਸ ਕਰਦੇ ਨੇ ਕਿ ਇਹ ਅਸਲੀ ਹੈ ਅਤੇ ਇਸ ਅੰਦਰ ਕੋਈ ਮਿਲਾਵਟ ਨਹੀਂ। ਪਰ ਜਿਹੜੀ ਹਰਕਤ ਕਰਨ ਦਾ ਇਲਜ਼ਾਮ ਇਹਨਾਂ ਡਰਾਈਵਰਾਂ 'ਤੇ ਲੱਗਿਆ ਉਹ ਸਾਬਤ ਹੋਣ 'ਤੇ ਭਾਵੇਂ ਇਹਨਾਂ ਡਰਾਈਵਰਾਂ ਨੂੰ ਸਜ਼ਾ ਵੀ ਹੋ ਜਾਵੇ, ਪਰ ਜੇਕਰ ਇੱਕ ਵਾਰ ਇਸ ਦੁੱਧ ਦਾ ਮਾਰਕੀਟ ਅੰਦਰ ਨਾਮ ਖਰਾਬ ਹੋ ਗਿਆ ਤਾਂ ਫਿਰ ਇਹਨਾਂ ਮਿਲਕ ਪਲਾਂਟਾਂ ਦਾ ਰੱਬ ਹੀ ਰੱਖ ਹੈ। ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ।